ਐਮਐਲਏ ਸਾਹਿਬ ਕਹਿੰਦਾ ਮੈਂ ਜੁੜੇ ਜੀ ਮੈਨੂੰ ਸਰਪੰਚ ਨਹੀਂ ਕਰਦਾ ਜੀ ਬੜਾ ਦੁੱਖ ਹੁੰਦਾ ਹੈ ਸਾਡੇ ਭਾਈਚਾਰੇ ਨੂੰ ਇਹਨਾਂ ਕੁਝ ਕਹਿਏ ਹੈਗਾ ਉਹਨੇ ਹੀ ਗੱਲ ਕਹੀ ਵੀ ਸਰਪੰਚ ਤਾਂ ਮੈਂ ਡਿੱਲ ਤੋਂ ਜੜੇ ਗੁਰੂ ਦਾ ਸਿੱਖਾਂਗਾ ਸਿਰ ਤੇ ਪੱਗਵਨੀ ਮੈਂ ਜਮੀਂ ਝੂਠ ਬੋਲਦਾ ਜੀ ਸੱਚ ਹੈ ਗੱਲ ਇਹ ਕਰਾਂ ਉਹ ਵੀ ਮੈਂ ਵੇਚਣ ਨੂੰ ਤਿਆਰ ਆਂਗਾ ਮੇਰੇ ਸਾਰੇ ਰੁਪਏ ਤਾਂ ਦਫ਼ਤਰ 'ਚ ਪਏ ਜੀ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਲੋਕਾਂ ਦੇ ਵੱਲੋਂ ਫਤਵਾ ਆਮਾਦੀ ਪਾਰਟੀ ਨੂੰ ਵੱਡੇ ਪੱਧਰ ਤੇ ਦਿੱਤਾ ਜਾਂਦਾ ਹੈ ਬਦਲਦੀ ਗੱਲ ਹੁੰਦੀ ਹੈ ਤਾਂ ਬਦਲ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਵੱਡੇ ਵੱਡੇ ਸਵਾਲ ਆਮਾਦੀ ਪਾਰਟੀ ਦੇ ਅਲੀਗੇਸ਼ਨ ਵੀ ਲੱਗ ਰਹੇ ਨੇ ਵੱਡੇ ਸਵਾਲ ਉੱਠ ਰਹੇ ਨੇ ਪਰ ਅੱਜ ਜਿਸ ਤਰ੍ਹਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੌਣ ਮੰਡੀ ਦੇ ਵਿੱਚ ਖੜੇ ਹੋਏ ਆਂ ਵੀਡੀਓ ਦਫ਼ਤਰ ਦੇ ਅੰਦਰ ਖੜੇ ਹੋਏ ਆਂ ਸੁਖਬੀਰ ਸਿੰਘ ਮੈਸਰ ਖਾਨਾ ਹਲਕਾ ਵਿਧਾਇਕ ਨੇ ਉਹਨਾਂ ਦੇ ਪਿੰਡ ਦੇ ਸਰਪੰਚ ਸਤਨਾਬ ਸਿੰਘ ਵੱਡੇ ਅਲੀਗੇਸ਼ਨ ਲਾ ਰਹੇ ਨੇ ਸੁਖਬੀਰ ਮੈਸਰ ਖਾਨਾ ਦੇ ਉੱਤੇ ਕੀ ਅਲੀਕੇਸ਼ਨ ਨੇ ਸਰਪੰਚ ਸਾਹਿਬ ਨੇ ਜਿਹੜੇ ਅੱਜ ਧਰਨੇ ਤੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਵੱਡੇ ਅਲੀਕੇਸ਼ਨ ਲਾਏ ਗਏ ਨੇ ਤਾਂ ਕੀ ਪੂਰੀ ਗੱਲਬਾਤ ਹੈ ਤਾਂ ਧਰਨੇ ਤੇ ਬੈਠੇ ਬੈਠੇ ਹੋਏ ਨੇ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਕੀ ਮਸਲਾ ਹੈਗਾ ਜਿਹੜਾ ਅੱਜ ਤੁਸੀਂ ਧਰਨੇ ਦੇ ਉੱਤੇ ਬੈਠੇ ਹੋ ਮਸਲਾ ਇਹ ਐਮਐਲਏ ਸਾਹਿਬ ਕਨਾਂ ਮੈਂ ਜੁੜੇ ਜਿਵੇਂ ਸਰਪੰਚ ਨਹੀਂ ਕਰਨਦਾ ਜੀ ਜੀ ਇਹ ਸ਼ਬਦ ਉਹਨਾਂ ਨੇ ਵਰਤੇ ਹਾਂ ਮੇਰੇ ਕੋਲ ਲੋਕ ਮੇਰੇ ਕੋਲ ਕਹੇ ਲੋਕਾਂ ਨੇ ਅੱਗੇ ਜਦੋਂ ਮਾ ਸਾਡਾ ਮਤਲਬ ਕੀ ਵਿਗੜ ਪਿਆ ਮੈਂ ਬੰਦੇ ਭੇਜੇ ਪਿੰਡ ਦੇ ਵੀ ਚਲੋ ਸਰਕਾਰ ਆਉਂਦੀ ਜਾਂਦੀ ਰਹਦੀਆਂ ਆਂਗੀਆਂ ਮ ਜੀ ਸਰਪੰਚ ਸੀਗਾ ਸਰਕਾਰ ਤੋਂ ਕੰਮ ਲੈ ਸੀਗੇ ਮੇਰਾ ਖੜਨ ਦਾ ਹੱਕਵੰਦਾ ਸੀਗਾ ਮੈਂ ਕੰਗਾ ਤੁਹਾਨੂੰ ਵੋਟਾਂ ਪਾਈਆਂ ਇਸ ਮੁੱਦੇ ਤੇ ਉਹਨੇ ਮਤਲਬ ਕੀ ਲੋਕਾਂ ਨੂੰ ਕਹਿੰਦਾ ਵੀ ਬੇਕਮ ਨੇ ਕਰ ਸਰਪੰਚ ਆਵੇ ਨਾ ਜੀ ਮੈਂ ਨਹੀਂ ਗਿਆ ਜੀ ਚਲੋ ਉਸ ਤੋਂ ਬਾਅਦ ਮੈਂ ਪਿੰਡ ਦੇ ਲੋਕਾਂ ਨੂੰ ਕਿਹਾ ਮੈਂ ਕਿ ਤੁਹਾਨੂੰ ਵੋਟਾਂ ਪਾਈਆਂ ਜੀ ਜੇ ਮੈਂ ਕੋਈ ਗਲਤ ਸਟੈਪ ਚੱਕਦਾ ਤੁਸੀਂ ਆਖੋਗੇ ਮੈਂ ਪੁਸਤਾ ਲੈਂਦਾ ਜੀ ਮੈਂ ਪਿੰਡ ਦੇ ਲੋਕਾਂ ਨੂੰ ਬਹੁਤ ਬੰਦੇ ਨੂੰ ਭੇਜਿਆ ਉਹਨਾਂ ਕੋਲੇ ਜੀ ਉਹਨੇ ਹੀ ਗੱਲ ਕਹੀ ਵੀ ਸਰਪੰਚ ਤਾਂ ਵੀ ਡੀਲ ਤੇ ਚੜੇ ਜੀ ਉਸ ਤੋਂ ਬਾਅਦ ਉਹਨੇ ਮਤਲਬ ਕੀ ਜੋ ਮੇਰੇ ਪੰਚਾਇਤ ਮੈਂਬਰ ਸੀਗੇ ਜੀ ਪੰਜ ਉਹ ਤੋੜ ਲਏ ਜੀ ਕਿਸ ਨੂੰ ਤਾਂ ਕਹਤਾ ਤੇਰੇ ਮੁੰਡੇ ਨੋਕੇ ਲਵਾਉਂਗਾ ਕਿਸ ਨੂੰ ਕਿਸੇ ਢੰਗ ਨਾ ਕਹਤਾ ਜੀ ਉਹ ਮੈਂਬਰ ਮੇਰੇ ਕੋਲੋਂ ਹਟ ਗਏ ਜੀ ਜੀ ਹੁਣ ਮੇਰੇ ਕੋਲ ਤਿੰਨ ਮੈਂਬਰ ਐ ਸਿਰਫ ਫੁਜਰਪ ਤੇ ਉਸ ਤੋਂ ਬਾਅਦ ਮੇਲਾ ਟਾਈਮ ਮੇਲਾ ਟਾਈਮ ਸੀਗਾ ਜੀ ਜੀ ਤੇ ਨਾ ਤਾਂ ਮੈਨੂੰ ਵੀਡੀਓ ਦਫ਼ਤਰ ਦੁਆਰਾ ਕੋਈ ਲੈਟਰ ਕੱਢਿਆ ਗਿਆ ਜੀ ਵੀ ਤੁਸੀਂ ਮੇਲਾ ਅਸੀਂ ਕਰਾਵਾਂਗੇ ਜੀ ਨਾ ਮੈਨੂੰ ਸੱਦਿਆ ਗਿਆ ਜੀ ਇਹਨਾਂ ਨੇ ਮੈਂਬਰ ਨੂੰ ਹੱਦ ਕੇ ਪੰਜ ਮੈਂਬਰ ਨੂੰ ਹੱਦ ਕੇ ਜੀ ਉਥੇ ਮੇਲੇ ਦੀ ਬੋਲੀ ਕਰਾਤੀ ਜੀ ਜੀ ਮੈਨੂੰ ਨਹੀਂ ਪਤਾ ਖਾਤੇ 'ਚ ਪੈ ਜਮਾ ਕਰਾਇਆ ਜਾਂ ਨਾ ਕਰਾਇਆ ਨਹੀਂ ਮੇਲੇ ਤੋਂ ਪਹਿਲਾਂ ਤੁਸੀਂ ਉਗਰਾਹੀ ਕਰਦੇ ਰਹੇ ਹੋ ਕਿੰਨੀ ਕੰਮਦਨ ਹੁੰਦੀ ਹੈ ਮੇਲੇ ਦੀ ਉਗਰਾਹੀ ਕਿੰਨੀ ਕੁ ਹੋ ਜਾਂਦੀ ਸੀ 6 ਲੱਖ ਰੁਪਇਆ ਲਗਭਗ ਹੋ ਜਾਂਦਾ ਸੀ ਜੀ ਹਾਂਜੀ ਦੁਕਾਨਾਂ ਦੀ ਕੱਲੀ ਦੁਕਾਨਾਂ ਦੀ ਜੀ ਬਸ ਹੋਰ ਨਹੀਂ ਕਿਹੜਾ ਉਗਰਾਹੀ ਦਾ ਪਹਿਲਾਂ ਢੰਗ ਹੁੰਦਾ ਸੀ ਉਹ ਸਰਕਾਰ ਦੇ ਖਜ਼ਾਨੇ ਵਿੱਚ ਜਮਾ ਕਰਵਾ ਦਿੱਤੇ ਜਾਂਦੀ ਸੀ ਉਹ ਮਤਲਬ ਕਿ ਜਦੋਂ ਪੈਸਾ ਇਕੱਠਾ ਹੋਣਾ ਸੀਗਾ ਜੀ ਉਹ ਮੇਰਾ ਪੰਚਾਇਤ ਦਾ ਖਾਤਾ ਬਣਿਆ ਹੋਇਆ ਜੀ ਉੱਥੇ ਜਮਾ ਕਰਾਉਣਾ ਸੀਗਾ ਜਾ ਕੇ ਜੀ ਮੈਂ ਉਹ ਜਮਾ ਕਰਾ ਕੇ ਬਾਅਦ ਦੇ ਵਿੱਚ ਜੋ ਖਰਚੇ ਹੁੰਦੇ ਸੀਗੇ ਜੀ ਜਿਵੇਂ ਟਰੈਕਟਰਾਂ ਦਾ ਕਿਰਾਇਆ ਹੋਰ ਸਫਾਈ ਦਾ ਉਹ ਬਾਅਦ ਚ ਨਿਕਲਦੇ ਸੀ ਜੀ ਤਾਂ ਉਹ ਜਿਹੜੇ ਉਹ ਪੈਸੇ ਨੇ ਹੁਣ ਤੁਹਾਨੂੰ ਪਤਾ ਕੀਤਾ ਕਿ ਉਹ ਕਿੱਥੇ ਜਮਾ ਕਰਵਾਏ ਗਏ ਨੇ ਕੋਈ ਨਹੀਂ ਦੱਸਿਆ ਜੀ ਉਸ ਤੋਂ ਬਾਅਦ ਸੰਪਰਕ ਕੀਤਾ ਤੁਸੀਂ ਵੀਡੀਓ ਸਾਹਿਬ ਦੇ ਨਾਲ ਸੰਪਰਕ ਕੀਤਾ ਮੈਨੂੰ ਕੋਈ ਰਾਣੀ ਪਾਈ ਗੱਲ ਇਹਨਾਂ ਨੇ ਜੀ ਹਾਂਜੀ ਤਾਂ ਹੁਣ ਧਰਨੇ ਤੇ ਬੈਠੇ ਹਾਂ ਮੰਗ ਕੀ ਅਸਲ ਦੇ ਵਿੱਚ ਤੁਹਾਡੀ ਜੀ ਬਣਾ ਹੀ ਹੈ ਜੀ ਚਲੋ ਐਮਐਲਏ ਸਰਕਾਰ ਉਹਨਾਂ ਦੀ ਮੈਨੂੰ ਸਰਪੰਚੀ ਨਹੀਂ ਕਰਨ ਦੇ ਕੋਈ ਗੱਲ ਨਹੀਂ ਜੀ ਠੀਕ ਹੈ ਨਾ ਜੀ ਵੀ ਜਿਹੜੇ ਮੇਰੇ ਪੈਸੇ ਬਣਦੇ ਆ ਗਏ 4-5 ਲੱਖ ਰੁਪਈਆ ਮਤਲਬ ਕਿ ਪਿੰਡ ਦੇ ਕੰਮ ਕਰਵਾਏ ਹੋਏ ਮੇਰੇ ਜੀ ਉਹ ਮੇਰੇ ਪੈਸ 22 ਤਰੀਕ ਨੂੰ ਇਹਨਾਂ ਨੇ ਮੈਨੂੰ ਮਾਲਾ ਵੀ ਪ੍ਰਬੰਧਕ ਲਵਾਤਾ ਕਹਿੰਦੇ ਪ੍ਰਬੰਧਕ ਲੱਗਿਆ ਕਹਿੰਦੇ ਪ੍ਰਬੰਧਕ ਲੱਗਿਆ ਨਹੀਂਗਾ ਮੈਨੂੰ ਝੂਠ ਬੋਲਿਆ ਗਿਆ ਵੀ ਪ੍ਰਬੰਧਕ ਲਾਤਾ ਪ੍ਰਬੰਧਕ ਨਹੀਂ ਲੱਗਿਆ ਠੀਕ ਹੈ ਨਾ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਪੁੱਛਿਆ ਵੀ ਕੀ ਗੱਲ ਬਾਤ ਹੈ ਕਹਿੰਦੇ ਯਾਰ ਪੈਸੇ ਤਾਂ ਨਿਕਲ ਜਾਣਗੇ ਵੀਰੂ ਸਾਹਿਬ ਕਹਿੰਦੇ ਜੀ ਵੀ ਜੇ ਤੂੰ ਲਿਖ ਕੇ ਦੇ ਤੇ ਸਾਨੂੰ ਜੀ ਮੈਂ ਕੀ ਕਰਾਂ ਜੀ ਐ ਲਿਖ ਦੇ ਦੋ ਵੀ ਮੈਂ ਕਿਸੇ ਕਾਰਨ ਕਰਕੇ ਸਰਪੰਚੀ ਨਹੀਂ ਕਰ ਸਕਦਾ ਵੀ ਪ੍ਰਬੰਧਕ ਲਗਾਇਆ ਜਾਵੇ ਫਿਰ ਮੈਂ ਵੀਰੂ ਸਾਹਿਬ ਨੂੰ ਕਹਾਂ ਜੋ ਪ੍ਰਬੰਧਕ ਨਹੀਂ ਲੱਗਾ ਤੁਸੀਂ ਮੇਲਾ ਕਿਵੇਂ ਕਰਾਇਆ ਜੀ ਮੈਨੂੰ ਉਹਦੀ ਵੀ ਜਾਣਕਾਰੀ ਦਿਓ ਇਹ ਗੱਲਬਾਤ ਤੁਹਾਡੀ ਬਾਅਦ ਚ ਹੁੰਦੀ ਹੈ ਕੱਲ ਪਰਸ ਹੀ ਹੋਈ ਹੈ ਗੱਲ ਜੀ ਮੇਰੀ ਜੀ ਮੈਂ ਬਾਰ ਬਾਰ ਰੋਜ਼ ਆਉਣਾ ਵੀ ਮੈਂ ਪੈਸੇ ਦੇਣੇ ਨੇਗੇ ਜੀ ਕਿਉਂਕਿ ਜਿਹੜੀ ਲੇਬਰ ਸੀਗੀ ਉਹ ਮੇਰੇ ਘਰੇ ਬਾਰ ਬਾਰ ਆਉਂਦੇ ਸੀਗੇ ਮੈਂ ਉਹਨਾਂ ਨੂੰ ਪੇਮੈਂਟ ਲੇਬਰ ਆਉਂ ਲਗ ਦਿੰਦਾ ਸੀਗਾ ਜੀ ਜੋ ਜਦੋਂ ਮੰਤੀ ਹੋ ਗਈ ਮੈਨੂੰ ਪੇਮੈਂਟ ਫੇਰੇ ਮਿਲਦੀ ਸੀਗੀ ਉਹ ਲੇਬਰ ਨੂੰ ਮੈਂ ਪੇਮੈਂਟ ਦੇਈ ਬੈਠਾ ਸਾਰੀ ਜੀ ਉਸ ਤੋਂ ਬਾਅਦ ਇਟਾਂ ਵਾਲੇ ਪੱਠੇ ਵਾਲੇ ਸਾਰੇ ਮੇਰੇ ਕੋਲ ਆਉਂਦੇ ਨੇ ਜੀ ਮੈਂ ਕਿਨੂ ਕਿਨੂ ਦਊਂਗਾ ਪੈਸੇ ਜੀ ਸਰਕਾਰ ਦਾ ਪੈਸਾ ਸੀਗਾ ਜੀ ਸਰਕਾਰ ਗ੍ਰਾਂਟ ਆਈ ਹੋਈ ਸੀ ਮੈਂ ਪਿੰਡ ਦੀ ਲਈ ਆ ਮੈਂ ਕਰੇ ਤੈਨੂੰ ਲਈ ਜੀ ਤੇ ਮੈਨੂੰ ਕਿਉਂ ਖਜ਼ਰਖਵਾਰ ਕੀਤਾ ਜਾ ਰਿਹਾ ਹੈਗਾ ਨੰਬਰ 2 ਤੇ ਜਿੱਦੇ ਰਿਕਾਰਡ ਲੈ ਲੈਂਦਾ ਸਰਕਾਰ ਨੇ ਮੇਰੇ ਨਾਲ 25000 ਰੁਪਏ ਟੁੱਟਦਾ ਸੀਗਾ ਜੀ ਮੈਂ ਤੁਰਤ ਨਗਦ ਪਰਵਾਏ ਮੈਂ ਖਾਤੇ ਜਾਵਾਂਗਾ ਕਿੰਨਾ 25000 ਰੁਪਏ 22 ਤਰੀਕ ਨੂੰ ਜੀ ਤੇ ਮੇਰਾ 5.5 ਲੱਖ ਰੁਪਏ ਦਿੱਤਾ ਨਹੀਂ ਇਹਨਾਂ ਨੇ ਵੀ ਮੈਂ ਕਿੱਥੋਂ ਭਰੂੰਗਾ ਮੈਂ ਬਹੁਤ ਹੈਰਾਨ ਹੋਇਆ ਪਿਆ ਜੀ ਇਹਨਾਂ ਤੋਂ ਤਾਂ ਜਦੋਂ ਇਹ ਸਾਰਾ ਕੁਝ ਵਾਪਰਿਆ ਤੁਸੀਂ ਕਹਿੰਦੇ ਹੋ ਕਾਂਗਰਸ ਤੇ ਤੁਸੀਂ ਸਰਪੰਚ ਹੈਗੇ ਸੀ ਉਸ ਤੋਂ ਬਾਅਦ ਕਾਂਗਰਸ ਤੇ ਜਿਹੜੇ ਹਲਕਾ ਇੰਚਾਰਜ ਰਹੇ ਨੇ ਜਾਂ ਹੋਰ ਕਿਸੇ ਪ੍ਰਧਾਨ ਦੇ ਨਾਲ ਉਹ ਵੀ ਕਹਿੰਦੇ ਵੀ ਬੇਟਾ ਹੁਣ ਕੋਈ ਸਾਡੇ ਸਾਰੇ ਦੀ ਗੱਲ ਨਹੀਂ ਤੁਸੀਂ ਵੀਡੀਓ ਸਾਨੂੰ ਮਿਲੋ ਉਹਨਾਂ ਨੇ ਵੀ ਕਿਹਾ ਉਹ ਵੀਡੀਓ ਸਾਹਿਬ ਨੇ ਗੱਲ ਕਰਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਜੀ ਆ ਹੁਣ ਬਦਲਾ ਪਤਾ ਨਹੀਂ ਬਦਲਾ ਆ ਗਿਆ ਮੈਨੂੰ ਨਹੀਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੇ ਉਹ ਕਹਿੰਦੇ ਨੇ ਅਸੀਂ ਵੱਡਾ ਬਦਲ ਦੇਵਾਂਗੇ ਦੂਜੀ ਗੱਲ ਨਾਲ ਦੀ ਨਾਲ ਉਹ ਵੀ ਕਹਿੰਦੇ ਨੇ ਕਿ ਅਸੀਂ ਕਿਸੇ ਤਰ੍ਹਾਂ ਦੀ ਰੰਜਸ ਕਿਸੇ ਤਰ੍ਹਾਂ ਦਾ ਬਦਲਾ ਜਿਹੜਾ ਨਹੀਂ ਲਮਾ ਕਿਸ ਤੋ ਕਿਸੇ ਤਰ੍ਹਾਂ ਦੀ ਭਾਵਨਾ ਇਸ ਤਰ੍ਹਾਂ ਦੀ ਨਹੀਂ ਰੱਖੀ ਜਾਊਗੀ ਪਰ ਤੁਸੀਂ ਵੱਡੇ ਅਲੀਕੇਸ਼ਨ ਲਾ ਰਹੇ ਹੋ ਸੁਖਵੀਰ ਸਿੰਘ ਮੈਸਰਖਾਨਾ ਤੇ ਕੀ ਮੈਨੂੰ ਇੱਕ ਦਲਤ ਹੋਣ ਕਰਕੇ ਵੀ ਇਹ ਸਰਪੰਚੀ ਨਹੀਂ ਕਰਨ ਦਿੱਤੀ ਹਾਂ ਇਹ ਸੱਚ ਹੈਗਾ ਮੈਂ ਰਮਦਾਸ ਦੀ ਸਿੱਖਾਂ ਦਾ ਮੁੰਡਾ ਕਹਿੰਦਾ ਮੈਂ ਸਰਪੰਚੀ ਕਰਨੀ ਨਹੀਂ ਦਿੰਦਾ ਮੈਂ ਮੈਂ ਝੂਠ ਨਹੀਂ ਬੋਲਦਾ ਕਦੇ ਵੀ ਝੂਠ ਨਹੀਂ ਬੋਲੂਗਾ ਗੁਰੂ ਦਾ ਸਿੱਖਾਂ ਹੈ ਸਿਰ ਤੇ ਪੱਗ ਬੰਨਿਆ ਮੈਂ ਜਮੀਂ ਝੂਠ ਬੋਲਦਾ ਜੀ ਸੱਚ ਹੈ ਇਹ ਗੱਲ ਇਹ ਕਹਿੰਦਾ ਮੈਂ ਝੂਠ ਵਿੱਚ ਮੈਨੂੰ ਸਰਪੰਚੀ ਨਹੀਂ ਕਰਨ ਦਦਾ ਸੱਚ ਹੈ ਹਕੀਕਤ ਹੈ ਜੀ ਇਹ ਬੜਾ ਦੁੱਖ ਹੁੰਦਾ ਹੈ ਸਾਡੇ ਭਾਈਚਾਰੇ ਨੂੰ ਇਹਨਾਂ ਕੁਝ ਕਹੇ ਹੋਏ ਹੈਗਾ ਜ ਤਾਂ ਵੱਡੇ ਅਲੀਕੇਸ਼ਨ ਸੁਖਵੀਰ ਸਿੰਘ ਮੈਸਰਖਾਨਾ ਦੇ ਉੱਤੇ ਲਾਏ ਜਾ ਰਹੇ ਨੇ ਤਾਂ ਜੇ ਅੱਜ ਵੀ ਤੁਹਾਡੀ ਸਰਪੰਚ ਸਾਹਿਬ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਧਰਨਾ ਮਜ਼ਾਰਾ ਕਿਸ ਤਰ੍ਹਾਂ ਦਾ ਹੋਵੇਗਾ ਮੈਂ ਵੱਡੇ ਲੈਵਲ ਤੇ ਕਰੂੰਗਾ ਫਿਰ ਮੈਂ ਪਿੰਡ ਇਕੱਠਾ ਕਰੂੰਗਾ ਜੀ ਕੁਝ ਵੀ ਹੋ ਜਾ ਉਹ ਹੀ ਕਰੂੰਗਾ ਜੀ ਹਾਂਜੀ ਤਾਂ ਕੀ ਲੱਗਦਾ ਜਦੋਂ ਤੁਹਾਡੇ ਪਿੰਡ ਦੇ ਉਹ ਐਮਐਲਏ ਨੇ ਜਦੋਂ ਇਹ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਕੁਝ ਲੋਕਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਸਰਪੰਚ ਸਾਹਿਬ ਨੂੰ ਪਿੰਡ ਦੀ ਐਮਐਲਏ ਨੇ ਮਿਲ ਲਿਆ ਜਾਵੇ ਜਾਂ ਕਿਸੇ ਤਰ੍ਹਾਂ ਦਾ ਗੱਲਬਾਤ ਤੇ ਆਹੀ ਕੋਈ ਹੱਲ ਕੱਢ ਲਿਆ ਜਾਵੇ ਇੱਕ ਮਹੀਨਾ ਹੋ ਗਿਆ ਜੀ ਘਰ ਘਰ ਜਾਇਆ ਮੈਂ ਲੋਕਾਂ ਕੋਲ ਲੋਕ ਅਟਰ ਦੇਣਗੇ ਜੀ ਐਮਿਲ ਸਾਹਿਬ ਕੋਈ ਜਾਣਦਾ ਨਹੀਂਗਾ ਜੀ ਵੋਟਾਂ ਤਾਂ ਪਾਤੀਆਂ ਕੰਮ ਨੂੰ ਨਹੀਂ ਕੋਈ ਜਾਣਦਾ ਜੀ ਜੀ ਹਾਂਜੀ ਆ ਜਿਹੜੇ ਪੂਰੇ ਕਾਗਜ਼ ਪੱਤਰ ਮੈਸਰ ਖਾਨਾ ਮੇਰਾ ਕਲਾਸ ਫੈਲੋ ਆ ਜੀ ਜੀ ਨਰਸਰੀ ਤੋਂ ਲੈ ਕੇ 10ਵੀਂ ਦਾ ਇਕੱਠੇ ਪੜੇ ਨੇ ਜੀ ਅੱਛਾ ਹਾਂਜੀ ਜੀ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਨੂੰ ਧੱਕਾ ਕਰੂਗਾੰਦਾ ਇਹ ਜੀ ਹਾਂਜੀ ਤੁਸੀਂ ਮੈਸਰ ਖਾਨਾ ਸਾਹਿਬ ਦੇ ਨਾਲ ਪੜਦੇ ਰਹੇ ਹੋ ਹਾਂਜੀ 10ਵੀਂ ਦਾ ਇਕੱਠੇ ਪੜੇ ਨੇ ਜੀ ਕਾਂਗ ਨੂੰ 99 ਵੋਟਾਂ ਪਈਆਂ ਜੀ ਜੀ ਕਾਂਗ ਨੂੰ 99 ਵੋਟਾਂ ਪਈਆਂ ਅਕਾਲੀ ਦਲ ਨੂੰ ਪਈਆਂਗੇ 850 ਵੋਟ ਜੀ ਉਹ ਕਿਹੜਾ ਕਾਲਜ ਕਾਲੀ ਦਾ ਸਰਪੰਚ ਆ ਉਹ ਜੱਟ ਸਿੱਖ ਹੈਗਾ ਉਹਦੇ ਨਾਲ ਤਾਂ ਪੰਗਾ ਨਹੀਂ ਲੇਤਾ 99 ਵੋਟਾਂ ਪਈਆਂ ਸੀ ਇਸ ਕਾਂਗਰਸ ਨੂੰ ਮੈਨੂੰ ਆ ਕਰਤਾ ਜੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਦਲਤ ਹੋਣ ਕਰਕੇ ਦੁਆਇਆ ਜਾ ਰਿਹਾ ਹਾਂਜੀ 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 ਤਾਂ ਕੀ ਕਹਿਣਾ ਚਾਹੋਗੇ ਭਵੇਂ ਭਗਵਾਨ ਸਿੰਘ ਮਾਨ ਤੱਕ ਕਹਿੰਦੇ ਰਹੇ ਨੇ ਕਿ ਅਸੀਂ ਲੋਕਾਂ ਨੂੰ ਇੱਕ ਵੱਡਾ ਬਦਲ ਦੇਵਾਂਗੇ ਕੀ ਕਹਿਣਾ ਚਾਹੋਗੇ ਪੰਜਾਬ ਵੱਡੀ ਲੀਡਰਸ਼ਿਪ ਨੂੰ ਮੰਤਰੀ ਨੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਜੋ ਗਰੀਬ ਜਨਤਾ ਹੈ ਇਹਨੇ ਸੁਣਾਈ ਹੋਵੇ ਜੀ ਹਰ ਪੱਖੋਂ ਜੀ ਚਲੋ ਮੈਂ ਤਾਂ ਰੁਲ ਗਿਆ ਮੇਰੇ ਤਰ੍ਹਾਂ ਹੋਰ ਸਰਪੰਚ ਨਾ ਰੋੜਨਾ ਜੀ ਜੀ ਠੀਕ ਹੈ ਜੀ ਤਾਂ ਤੁਸੀਂ ਕੁਝ ਪਟ્રોલ ਦੀਆਂ ਬੋਤਲਾਂ ਵੀ ਨਾਲ ਲੈ ਕੇ ਆਏ ਹੋ ਹਾਂਜੀ ਜੇ ਮੇਰਾ ਹੱਲਾ ਹਲ ਕਰੂੰਗਾ ਕੀ ਦੱਸ ਦਵਾਂ ਉਹਨੂੰ ਜੀ ਕੋਈ ਪੱਲੇ ਨਹੀਂ ਵੇਰੇ ਮੇਰੇ ਕੋਲ ਮੇਰੇ ਕੋਲ ਘਰ ਨਹੀਂ ਘਰ ਆ ਉਹ ਵੀ ਮੈਂ ਵੇਚਣ ਨੂੰ ਤਿਆਰਾਂਗਾ ਠੀਕ ਮੇਰੇ ਸਾਰੇ ਰੁਪਏ ਤਾਂ ਦਫ਼ਤਰ 'ਚ ਪਏ ਜੀ ਜੀ ਮੈਂ ਕੀ ਕਰਾਂ ਦੱਸੂ ਜਿਹੜੇ ਲੋਕਾਂ ਦੇ ਰੁਪਈਏ ਦੇਣੇ ਆ ਮਟੀਰੀਅਲ ਦੇ ਜਾਂ ਇੱਟਾਂ ਦੇ ਉਹ ਤੁਹਾਡੇ ਕੋਲ ਮੰਗ ਰਹੇ ਨੇ ਰੋਜ਼ ਘਰੇ ਆਉਂਦੇ ਜੀ ਜੀ ਮੈਂ ਤਾਂ ਕਿਤੇ ਕਹਾ ਨਹੀਂ ਕਿਸੇ ਤੋਂ ਜੀ ਇੱਕ ਲੋਕਾਂ ਦੀ ਗਲੀਆਂ ਚ ਰੀਆਂ ਇੱਕ ਕੰਮ ਕੀਤਾ ਲੋਕਾਂ ਦੇ ਤੇ ਮੈਨੂੰ ਆਹ ਫਤਵਾ ਦਿੱਤਾ ਇਹ ਦਾ ਇਹ ਸਤਨਾਮ ਸਿੰਘ ਸਰਪੰਚ ਨੇ ਮੈਸਰਖਾਨਾ ਦੇ ਭਵੇਂ ਕਿ ਆਵਾਮੀ ਪਾਰਟੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਦਲਤ ਵਰਗ ਦੀ ਜਦੋਂ ਗੱਲ ਕਰਦੀ ਹੈ ਤਾਂ ਕਹਿੰਦੇ ਨੇ ਅਸੀਂ ਵੱਡੀ ਨਿਵਾਇਦਕੀ ਦੇਵਾਂਗੇ ਹਰਪਾਲ ਸਿੰਘ ਚੀਮਾ ਨੂੰ ਜਿਹੜੇ ਖਜ਼ਾਨਾ ਮੰਤਰੀ ਬਣਾਇਆ ਗਿਆ ਪਰ ਸਰਪੰਚ ਸਤਨਾਮ ਸਿੰਘ ਦੇ ਵੱਡੇ ਦੋਸ਼ ਨੇ ਵੱਡੇ ਅਲੋਕੇਸ਼ਨ ਨੇ ਉਹਨਾਂ ਨੇ ਸਾਫ਼-ਸਾਫ਼ ਤੌਰ ਤੇ ਕਿਹਾ ਹੈ ਕਿ ਜਿਹੜਾ ਹੈਗਾ ਮੈਨੂੰ ਇੱਕ ਦਲਤ ਹੋਣ ਕਰਕੇ ਸਰਪੰਚੀ ਨਹੀਂ ਕਰਨ ਦਿੱਤੀ ਜਾ ਰਹੀ ਸੁਖਵੀਰ ਸਿੰਘ ਮੈਸਰਖਾਨਾ ਮੇਰੇ ਨਾਲ ਤੱਕਾ ਕਰ ਰਹੇ ਨੇ ਤੇ ਉਹਨਾਂ ਨੇ ਚਤਾਵਨੀ ਵੀ ਦਿੱਤੀ ਹੈ ਕਿ ਮੈਂ ਉਹ ਸਭ ਕੁਝ ਕਰਾਂਗਾ ਜੋ ਮੈਥੋ ਹੋਇਆ ਕਿਉਂਕਿ ਜੇਕਰ ਮੇਰੇ ਨਾਲ ਇਸ ਤਰ੍ਹਾਂ ਹੀ ਧੱਕਾ ਕੀਤਾ ਗਿਆ ਤਾਂ ਮੈਂ ਕੋਈ ਵੀ ਫੈਸਲਾ ਲੈ ਸਕਦਾ ਹਾਂ